ਤਰਨਤਾਰਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੇ ਦੌਰਾਨ 5 ਗੈਂਗਸਟਰ ਕਾਬੂ ਕੀਤੇ ਗਏ ਨੇ। ਇਨ੍ਹਾਂ ਦੇ ਕੋਲੋਂ 1 ਪਿਸਟਲ, ਤੇਜ਼ਧਾਰ ਹਥਿਆਰ, ਜ਼ਿੰਦਾ ਕਾਰਤੂਸ, 10 ਮੋਟਰਸਾਈਕਲ ਅਤੇ 40,000 ਦੀ ਨਗਦ ਰਾਸ਼ੀ ਸਮੇਤ ਇਨ੍ਹਾਂ ਨੂੰ ਕਾਬੂ ਕੀਤਾ ਗਿਆ। ਤਰਨਤਾਰਨ ਦੇ SSP ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਇਹ ਗੈਂਗਸਟਰ ਲੰਬੇ ਸਮੇਂ ਤੋਂ ਲੋਕਾਂ ਦੇ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਇਹ ਲੋੜੀਂਦੇ ਵੀ ਸਨ। ਫਿਲਹਾਲ ਪੁਲਿਸ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਰਹੀ ਹੈ। ਇਹ ਅਸੀਂ ਇੱਕ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ, 5 ਬੰਦੇ ਨੇ, ਇੱਕੇ ਨੇ ਜੋ ਫਰਾਰ ਹੋ ਗਿਆ। ਕੱਲ੍ਹ ਭਰੋਵਾਲ ਪਿੰਡ ਹੈ, ਗੋਬਿੰਦਵਾਲ ਸਾਹਿਬ ਥਾਣੇ ਦੇ ਵਿੱਚ, ਉੱਥੋਂ SHO ਗੋਬਿੰਦਵਾਲ ਅਤੇ ਇੰਸਪੈਕਟਰ CI ਦੇ ਅਗਵਾਈ, ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ, ਰੇਡ ਕੀਤਾ। ਇਹਨਾਂ ਤੋਂ ਹੁਣ ਤੱਕ 1 ਪਿਸਤੌਲ ਮਿਲਿਆ ਹੈ, ਪਿਸਟਲ, ਦੈਨ 40,000 ਰੁਪਏ ਦੀ ਨਗਦੀ ਅਤੇ 10 ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋ ਚੁੱਕੇ ਨੇ। ਸਪਲੈਂਡਰ ਗੈਂਗ ਦੇ ਨਾਮ ਜਿਹੜੇ ਤੁਹਾਡੀਆਂ ਰੋਜ਼ ਆ ਰਹੀਆਂ ਸੀ ਕਿ ਸਪਲੈਂਡਰ ਗੈਂਗ, ਇਹ ਖੋਹ ਕੇ ਲੈ ਗਿਆ, ਉਹ ਖੋਹ ਕੇ ਲੈ ਗਿਆ, ਉਹ ਇਹ ਸਾਰੇ ਰਿਕਵਰ ਹੋ ਚੁੱਕੇ ਨੇ। ਟੋਟਲੀ 27 ਵਾਰਦਾਤਾਂ ਮੰਨ ਚੁੱਕੇ ਨੇ, ਜਿਹਨਾਂ 'ਚੋਂ 12 ਰਿਪੋਰਟਡ ਨੇ। ਇਹਨਾਂ 'ਚੋਂ 3-4 ਬੰਦੇ ਜਿਹੜੇ ਹੈਗੇ ਉਹਨਾਂ ਦੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਦਰਜ। ਸਰ, ਇਸ ਤੋਂ ਇਲਾਵਾ ਹੋਰ ਕੋਈ ਇਹ ਹੁਣ ਅਸੀਂ ਕੱਲ੍ਹ ਇਹ ਰਾਤ ਫੜੇ ਨੇ, ਪਰਚਾ ਦਿੱਤਾ ਅੱਜ ਇਹਨਾਂ ਦੀ, ਉਹਨਾਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਰਿਮਾਂਡ ਲੈ ਕੇ। ਉਹ ਜੋ ਵੀ ਹੋਊਗਾ ਫਰਦਰ ਤੁਹਾਨੂੰ ਡਿਟੇਲ ਦੱਸ ਦਿੱਤੀ ਹੈ। ਇੱਕ ਗੁਰਦੇਵ ਸਿੰਘ ਹੈਗਾ, ਇਹਦੇ 'ਤੇ ਗੁਰਦੇਵ ਸਿੰਘ 'ਤੇ ਪਹਿਲਾਂ ਵੀ ਪਰਚਾ ਦਰਜ ਹੈ। ਇੱਕ ਹਰਦੀਪ ਸਿੰਘ ਹੈਗਾ, ਇਹ 5 ਬੰਦੇ ਟੋਟਲ ਫੜੇ ਗਏ ਨੇ, 1 ਇਹਨਾਂ 'ਚੋਂ ਭੱਜ ਗਿਆ। ਇਹ ਹੁਣ ਅਸੀਂ ਫਰਦਰ ਇਨਵੈਸਟੀਗੇਸ਼ਨ ਜੋ ਵੀ ਆਊਗਾ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV।